ਨਾਲ ਤਾਰਕ ਦੀ ਤਸਵੀਰ ਬਣਾ, ਤਾਰਕ ਦਾ ਨੰਬਰ ਵੀ ਦੇ ਤਾਰਕ। ਸਲਾਮ ਅਲੈਕੁਮ, ਹੈਲੋ ਦੋਸਤ ਫਰੈਂਡਸ, ਮੈਂ ਹੂੰ ਆਪਕਾ ਦੋਸਤ, ਆਪਕਾ ਹੋਸਟ ਸਾਜਿਦ ਰਾਣਾ, ਆਪਕੋ ਪਿਜਨਸ ਲਵਰਸ ਚੈਨਲ ਮੇਂ ਵੈਲਕਮ ਕਰਤਾ ਹੂੰ। ਫਰੈਂਡਸ, ਆਜ ਹਮ ਆਏ ਆਪਣੇ ਬਹੁਤ ਹੀ ਪਿਆਰੇ ਦੋਸਤ ਤਾਰਕ ਭੱਟੀ ਕੇ ਪਾਸ, ਇਨਕੀ ਜੋ ਰਿਹਾਇਸ਼ ਹੈ ਕੱਚਾ ਪੱਕਾ ਮੇਂ। ਤੋ ਯੇ ਕਬੂਤਰਬਾਜ਼ੀ ਕੇ ਹਵਾਲੇ ਸੇ ਯੇ ਜੋ ਗਾਓ ਹੈ ਵੋ ਬਹੁਤ ਹੀ ਮਸ਼ਹੂਰ ਹੈ, ਹਰ ਦਫਾ ਯਹਾਂ ਪੇ ਜਬ ਇੰਟਰੀਆਂ ਉੜਤੀ ਹੈ ਕਬੂਤਰੋਂ ਕੀ, ਤਕਰੀਬਨ 25 ਸੇ 30 ਕਬੂਤਰ ਜਬ ਹਰ ਬਾਰ ਜਬ ਯਹਾਂ ਪੇ ਉੜਤੇ ਹੈਂ। ਔਰ ਮਾਸ਼ਾਅੱਲਾ ਤਾਰਕ ਭਾਈ ਕਾ ਜੋ ਹੈ ਵੋ ਬਹੁਤ ਹੀ ਰਿਕਾਰਡ ਹੈ ਯਹਾਂ ਪੇ ਨਾ, ਹਰ ਸੀਜ਼ਨ ਮੇਂ ਯਾਨੀ ਕਿ ਹਰ ਟੂਰਨਾਮੈਂਟ ਮੇਂ ਜਬ ਉੜਤਾ ਯਹਾਂ ਪੇ ਤੋ ਇਨ ਮਾਸ਼ਾਅੱਲਾ ਯੇ ਜਾਣਾ ਇੰਟਰੀਆਂ ਯਹਾਂ ਪੇ ਵਿਨ ਕਰਤੇ ਹੈਂ। ਅਭੀ 2018 ਮੇਂ ਇਨ੍ਹੋਂਨੇ ਜੋ ਹੈ ਵੋ 5 ਉੜੇ ਥੇ ਭਾਈ, ਟੋਟਲ 5 ਨੰਬਰ ਉੜੇ ਥੇ, ਔਰ 5 ਨੰਬਰ ਮੇਂ 4 ਨੰਬਰ ਜੋ ਹੈ ਵੋ ਮਾਸ਼ਾਅੱਲਾ ਤਾਰਕ ਜੋ ਹੈ ਵੋ ਭਾਈ ਨੇ ਵੋ ਯਹਾਂ ਸੇ ਵਿਨ ਕੀਏ ਹੈਂ। ਤੋ ਅਭੀ ਹਮ ਆਏ ਹੈਂ ਇਨਕੇ ਪਾਸ, ਆਪਕੋ ਇਨਕੇ ਕਬੂਤਰ ਕਾ ਸ਼ੌਕ ਵੀ ਕਰਵਾਤੇ ਹੈਂ। ਤੋ ਯੇ ਜੋ ਆਪ ਜੋ ਸਾਹਮਣੇ ਆਪ ਭਾਈ ਕੋ ਦੇਖ ਰਹੇ ਹੈਂ, ਯੇ ਮਾਸ਼ਾਅੱਲਾ ਇਨਕਾ ਨਾਮ ਤਾਰਕ ਭੱਟੀ ਹੈ। ਤੋ ਯੇ ਅਭੀ ਕਬੂਤਰ ਵੀ ਇਨਕੇ ਮੈਂ ਆਪਕੋ ਸ਼ੌਕ ਕਰਵਾਤਾ ਹੂੰ। ਜੋ ਤੋ ਮੈਂ ਆਪਕੋ ਬਤਾਤਾ ਚਲੂੰ ਕਿ ਇਨਕੇ ਪਾਸ ਜੋ ਬਰੀਡ ਹੈ ਵੋ ਸਦੀਕ ਡੋਗਰ, ਜੋ ਕਿ ਜਾਨੀ ਪਹਿਚਾਨੀ ਸ਼ਖਸੀਅਤ ਹੈ, ਆਪ ਜੋ ਉਨਸੇ ਜੋ ਭੁਲੇ ਹੋਏ ਨਹੀਂ ਹੈ। ਤੋ ਬਹੁਤ ਹੀ ਪੁਰਾਣੇ ਮੰਜੇ ਹੋਏ ਸ਼ਿਕਾਰੀ ਸਦੀਕ ਡੋਗਰ, ਉਨਕੀ ਜੋ ਰਿਹਾਇਸ਼ ਜਾ ਵੋ ਕੱਚਾ ਪੱਕੇ ਕੇ ਥੀ, ਸੋਰੀ ਸ਼ਜੱਕੇ ਕੀ, ਉਨਕੀ ਰਿਹਾਇਸ਼ ਜਾ ਵੋ ਸ਼ਜੱਕੇ ਕੀ ਥੀ, ਯਾਨੀ ਕਿ ਸ਼ਜੱਕੇ ਕੇ ਰਹਿਣੇ ਵਾਲੇ ਥੇ। ਉਨਕੇ ਸਾਰੀ ਬਰੀਡ ਹੈ, ਯਾਨੀ ਕਿ ਯੇ ਜੋ ਸ਼ਗੀਰਦ ਹੈ ਯੇ ਵੀ ਸਰਦਾਰ ਸਦੀਕ ਡੋਗਰ ਕੇ ਭਾਈ ਕੇ ਬੇਟੇ ਕੇ ਯੇ ਸ਼ਗੀਰਦ ਹੈ। ਤੋ ਸਾਰੇ ਕਬੂਤਰ ਇਨਕੇ ਪਾਸ ਜਾ ਵੋ ਸਦੀਕ ਡੋਗਰ ਵਾਲੇ ਹੈ, ਮਰਹੂਮ ਅੱਲਾਹ ਤਾਲਾ ਉਹਨੇ ਜੰਨਤ ਨਸੀਬ ਕਰੇ। ਤੋ ਆਪ ਜਿਤਨੇ ਵੀ ਆਪ ਸ਼ਿਕਾਰੀ ਦੇਖੇਂਗੇ, ਸ਼ੇਖ ਸੁਨੈਨ ਹੋ ਗਿਆ, ਉਸਕੇ ਬਾਅਦ ਜਾ ਵੋ ਪੀਰ ਸਲਮਾਨ ਸਾਹਿਬ ਆਰਫ ਵਾਲੇ, ਤੋ ਸਭੀ ਕੇ ਪਾਸ ਜਾ ਵੋ ਯਹੀ ਬਰੀਡ ਹੈ, ਇਨਕੇ ਬਰੀਡ ਹੈ। ਔਰ ਜਿਨਕੇ ਪਾਸ ਵੀ ਯੇ ਸਰਦਾਰ ਸਦੀਕ ਵਾਲੇ ਕਬੂਤਰ ਆਪ ਦੇਖੇਂਗੇ, ਵੋ ਉਨਕਾ ਜੋ ਇੱਕ ਨਾਮ ਹੈ ਇਸ ਜਿਹਾ ਨਾ ਜ਼ਮਾਨੇ ਮੇਂ, ਯਾਨੀ ਕਿ ਬ੍ਰੈਂਡ ਹੈ। ਤੋ ਬ੍ਰੈਂਡ ਆਪਕੋ ਪਤਾ ਹੈ ਤਬ ਵੀ ਬਣਤਾ ਹੈ ਜਬ ਉਸਕੀ ਡਿਮਾਂਡ ਹੋ, ਔਰ ਵੋ ਜਾ ਵੋ ਰਿਲਾਇਬਲ ਹੋ। ਤੋ ਅਭੀ ਹਮ ਆਪਕੋ ਉਨਕੇ ਕਬੂਤਰੋਂ ਕਾ ਸ਼ੌਕ ਕਰਵਾਤੇ ਹੈਂ। ਤੋ ਹਾਂਜੀ, ਹੁਣ ਪਕੜ ਬਈ, ਚਲੇ ਜੀ। ਹਾਂਜੀ, ਜੇ ਹਮ ਆਪਕੋ ਦਿਖਾ ਰਹੇ ਹੈ ਕਬੂਤਰ, ਯੇ ਜੋ ਪੁਰਾਣੇ ਕਬੂਤਰ ਹੈ ਸਰਦਾਰ, ਥੋੜ੍ਹਾ ਤੋਤੇ ਕਰਨਾ, ਸਰਦਾਰ ਸਦੀਕ ਡੋਗਰ ਮਰਹੂਮ, ਉਨਕੀ ਯੇ ਸਾਰੇ ਨਸਲ ਹੈ ਤਾਰਕ ਹੈ, ਤਾਰਕ ਬਾਈ ਕੇ ਪਾਸ। ਇਹਦੇ ਨਾਲ ਪਹਿਲੇ ਦਿਖਾ ਦਿੰਦੇ ਨੇ, ਤੁਸੀਂ ਆਪ ਦੇਖੇ ਸ਼ੌਕ ਕਰੇ, ਬਤਾਈਏਗਾ ਆਪਣੀ ਜਾਂ ਵੋ ਕਮੈਂਟਸ ਬਾਕਸ ਮੇਂ ਜ਼ਰੂਰ ਆਪਣੀ ਰਾਏ ਕਾ ਇਜ਼ਹਾਰ ਕਰਨਾ ਹੈ ਆਪਨੇ, ਆਪਕੋ ਯੇ ਕਬੂਤਰ ਕੈਸੇ ਲਗੇ। ਤਾਰਕ ਭਾਈ ਦੱਸੋ ਇਹਨਾਂ ਦੇ ਬਾਰੇ 'ਚ ਕੁਛ, ਇਹ ਕਬੂਤਰਾਂ ਦੇ। ਇਹ ਕਬੂਤਰਾਂ ਦੀ ਬਹੁਤ ਅੱਛੀ ਨਸਲ ਹੈ, ਕਾਲ ਲੋਕ ਕੇ ਸਰਦਾਰ ਦੇ ਮਸ਼ਹੂਰ ਕਬੂਤਰ ਸਨ ਜੀ। ਅੱਛਾ ਜੀ, ਇਹ ਉਹਨਾਂ ਦੇ ਵਿੱਚੋਂ ਇਹ ਵੱਡੇ ਕਬੂਤਰ ਹੀ ਨੇ। ਸਹੀ, ਹੋਰ ਖਾਲਸ ਕਬੂਤਰ ਨੇ, ਇਹਨਾਂ 'ਚ ਕੋਈ ਕ੍ਰਾਸ ਕਰੂਸ ਨਹੀਂ ਦਾ। ਹਾਂ ਹਾਂ, ਤੇ ਇਹਨਾਂ ਦੇ ਕਿੱਥੇ ਛੱਡਨੇ ਅਸੀਂ, ਨਾਲ ਖੜਿੰਦੇ ਨੇ ਤੇ ਨਾ ਸਹੀ ਬਾਜੀ ਦਿੰਦੇ ਨੇ, ਜੋ 100% ਜ਼ਿਆਦਾ ਜਿੱਤੇ ਜਾਂਦੇ ਨੇ। ਹਾਂ, ਯਾਨੀ ਕਿ ਬਾਹਰੋਂ ਨਹੀਂ ਨਸਤੇ ਭੱਜਦੇ, ਸਿੱਧੇ ਉੱਡਣ ਵਾਲੇ ਕਬੂਤਰ ਨੇ, ਸਿੱਧੇ ਉੱਡਣ ਵਾਲੇ ਵੀ ਨੇ। ਹਾਂ ਹਾਂ, ਮਾਸ਼ਾਅੱਲਾ, ਜਿਹੜੇ ਵੀ ਜਾਂਦੇ ਨੇ ਤੇ ਥੱਲੇ ਆਇਆ ਵੀ ਇਹ ਉੱਡ ਜਾਂਦੇ ਨੇ। ਸਹੀ, ਮਾਸ਼ਾਅੱਲਾ। ਦੂਸਰਾ ਦਿਖਾ। ਤੋ ਜੈਸੇ ਦੋਸਤੋ ਮੈਂ ਆਪਕੋ ਪਹਿਲੇ ਬਤਾਇਆ ਕਿ ਜਬ ਸਰਦਾਰ ਸਦੀਕ ਕੇ ਡੋਗਰ ਜੋ ਮਰਹੂਮ ਜਾਂ ਵੋ ਇੰਡੀਆ ਸੇ ਵੋ ਲੈ ਕਰ ਆਏ ਥੇ ਕਬੂਤਰ, ਉਨਕੀ ਇਨਕੇ ਪਾਸ ਤਾਰਕ ਭਾਈ ਕੇ ਪਾਸ ਨਸਲ ਹੈ, ਔਰ ਬਹੁਤ ਹੀ ਮਸ਼ਹੂਰ ਕਬੂਤਰ ਹੈ, ਔਰ ਪਿਓਰ ਬਰੀਡ ਮੇਂ ਇਨਕੇ ਪਾਸ ਮਾਸ਼ਾਅੱਲਾ। ਇਹ ਪਿਓਰ ਲਾਟੂ ਲੱਟੂ ਬਰੀਡ, ਹਾਂ ਹਾਂ ਬਿਲਕੁਲ, ਪਿਓਰ ਉਹਨਾਂ ਦੀ ਵੱਡੀ ਪੱਠੀ ਹੈ ਜੀ, ਮਾਸ਼ਾਅੱਲਾ ਜੀ। ਖਾਲਸ ਹੈਗੀ ਹੈ ਇਹਨਾਂ ਦੇ, ਕਿੱਥੇ ਅਸੀਂ ਛੱਡਣੇ, ਜੋੜਾ ਲਾਇਆ ਇਹਨਾਂ ਦੇ ਬੱਚੇ ਉਹ। ਹਾਂ ਹਾਂ ਬਿਲਕੁਲ ਸਹੀ, ਜਾਂਦੇ ਨੇ ਕੈਨੇਡਾ ਵੀ, ਅਸੀਂ ਇਹਨਾਂ ਦਾ ਛੱਡਿਆ ਸੀ, ਜਿੱਤਿਆ ਸੀ, ਐਤਕੀ ਇਹਨਾਂ ਦੇ ਇੱਥੇ ਛੱਡਦੇ ਰਹੇ ਪੰਜੇ ਰਹੇ ਜੀ। ਸਹੀ, ਯਾਨੀ ਕਿ ਲੱਟੂ ਬਰੀਡ ਬੜਾ ਨਾਮ ਸੁਣਿਆ ਮੈਂ, ਇਹ ਜੇ ਲੱਟੂ ਬਰੀਡ ਹੈ ਜੀ, ਆਪਨੇ ਨਾਮ ਸੁਣਾ ਹੋਗਾ ਸਰਦਾਰ ਸਦੀਕ ਕੇ ਕਬੂਤਰ ਕੇ, ਬਹੁਤ ਹੀ ਮਸ਼ਹੂਰ ਕਬੂਤਰ ਹੈ ਸਰਦਾਰ ਸਦੀਕ ਨਲੀ ਮੋਜੇ, ਲੱਟੂ ਬਰੀਡ ਮੇਂ ਸੇ ਹੈ ਜੀ। ਇਸਕੇ ਆਈ ਕਲੋਜ਼ ਅਪ ਦਿਖਾਓ, ਮਾਸ਼ਾਅੱਲਾ ਜੀ, ਕੀ ਬਾਤ ਹੈ ਜੀ। ਤਾਰਕ ਭਾਈ ਨੇ ਬੜੀ ਮਿਹਨਤ ਸੇ ਜਬ ਜੋ ਪੁਰਾਣੀ ਕਹਿੰਦੇ ਹੈ ਨਾ ਓਲਡ ਇਜ਼ ਗੋਲਡ, ਵੋ ਬਰੀਡ ਉਹਨਾਂ ਨੇ ਜੇ ਉਹ ਸਿਕਿਓਰ ਰੱਖੀ ਹੋਈ ਹੈ, ਮਹਿਫੂਜ਼ ਕੀ ਹੋਈ ਆਪਣੇ ਪਾਸ। ਤੋ ਬਹੁਤ ਹੀ ਨਾਯਾਬ ਕਬੂਤਰ ਹੈ ਜੀ, ਮਾਸ਼ਾਅੱਲਾ। ਦਿਖਾਓ ਨੈਕਸਟ। ਅਰੇ ਲੱਟੂ ਬਰੀਡ ਬੜੀ ਬੜੀ ਮਸ਼ਹੂਰ ਹੈ, ਬੜੇ 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 ਮਸ਼ਹੂਰ ਕਬੂਤਰ ਸੀ ਲੱਟੂ ਬਰੀਡ, ਮਾਸ਼ਾਅੱਲਾ। ਤੋ ਯੇ ਕਬੂਤਰਬਾਜ਼ੀ ਕੀ ਦੁਨੀਆ ਮੇਂ ਇੱਕ ਨਾਮ ਹੈ ਜੀ ਇਨਕਾ, ਸਰਦਾਰ ਸਦੀਕ ਡੋਗਰ ਕਾ, ਔਰ ਉਨਕੀ ਜੋ ਪਿਓਰ ਬਰੀਡ ਜਾ ਵੋ ਤਾਰਕ ਭਾਈ ਨੇ ਮਹਿਫੂਜ਼ ਰੱਖੀ ਹੋਈ ਹੈ। ਤਾਰਕ ਭਾਈ ਇਹਦੀ ਦੱਸੋ, ਇਹਦੀ ਨਸਲ ਦੇ ਬਾਰੇ 'ਚ, ਇਹ ਕਿਹੜੇ ਕਬੂਤਰ ਹੈ ਜੀ? ਸਰਦਾਰ ਵਾਲੇ ਬੜੇ ਮਸ਼ਹੂਰ ਕਬੂਤਰ ਨੇ। ਹਾਂ ਹਾਂ, ਤੇ ਇਹਨਾਂ 'ਚ ਦੋ ਕ੍ਰਾਸ ਪਾਏ ਗਏ ਨੇ, ਕਹਿੰਦੇ 'ਚ ਵਣਾ ਲਿਆਂਦਾ ਜੀ। ਅੱਛਾ ਜੀ, ਵਣਾ ਲਿਆਂਦਾ। ਹੂੰ ਹੂੰ, ਤੇ ਦੂਸਰਾ ਇਹਦੇ 'ਚ ਜੰਡਾ ਵਾਲਿਆਂ ਦਾ ਕ੍ਰਾਸ, ਇੱਕ ਕ੍ਰਾਸ 'ਚ ਇਹ ਕ੍ਰਾਸ ਆਉਂਦੇ ਨੇ। ਸਹੀ,
ਤਕਰੀਬਨ ਪੌਣੇ ਛੇ ਵਜੇ ਉਹ ਦੂਸਰੇ ਕਬੂਤਰ ਡਿੱਗ ਪਿਆ ਸਾਨੂੰ ਕੱਲੇ ਨੇ ਅੰਡੇ ਤੇ ਚੱਕਰ ਮਾਰ ਕੇ ਘਰ ਪੇ ਆਇਆ ਔਰ ਸਿੱਧਾ ਬੈਠਾ ਮਾਸ਼ਾਅੱਲਾ ਇਹ ਆ ਕਬੂਤਰ ਹਾਂ ਨਹੀਂ ਇਹਦਾ ਅੱਛਾ ਇਹਦਾ ਬੱਚਾ 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 ਸਹੀ ਹੋ ਗਿਆ ਮਾਸ਼ਾਅੱਲਾ ਹਾਂਜੀ ਆਹ ਮਾਦੀ ਲੱਗੀ ਹੋਈ ਭਾਈ ਜਾਨ ਨਾਲ ਤੁਹਾਨੂੰ ਸ਼ੌਕ ਹੋਵੇ ਇਸ ਲਾਲ ਸਿਰਾਂ ਇਹ ਲਾਲ ਸਿਰਾਂ ਹਾਂ ਲਾ ਇਸੇ ਨਸਲ ਦੇ ਨੇ ਤੇ ਉਹ ਆਪਣੇ ਚਲਾਏ ਮਾਸ਼ਾਅੱਲਾ ਇਹਦੇ ਪਰਦ ਕਾ ਖੋਲ ਕੇ ਬੱਚੇ ਸ਼ਾਖੇ ਚਿੱਟੇ ਸਫੈਦ ਵੀ ਕੱਢ ਜਾਂਦੇ ਨੇ ਹਾਂ ਹਾਂ ਤੇ ਕਾਲੇ ਕਲਪਰੇ ਵੀ ਕੱਢ ਜਾਂਦੇ ਨੇ ਕਾਲੇ ਚੀਨੇ ਵੀ ਕੱਢ ਜਾਂਦੇ ਨੇ ਸਹੀ ਇਹ ਨਸਲ ਦੇ ਕਬੂਤਰ ਹਾਂਜੀ ਲਾਲ ਸਿਰੇ ਵੀ ਕੱਢ ਜਾਂਦੇ ਨੇ ਸਹੀ ਜੀ ਤਿੰਨ ਕਿਸਮ ਦੇ ਬੱਚੇ ਤਿੰਨ ਵੈਰਾਈਟੀਆਂ 'ਚ ਬੱਚੇ ਕੱਢਦੇ ਨੇ ਕੀ ਬਾਤ ਹੈ ਜੀ ਮਾਸ਼ਾਅੱਲਾ ਜੀ ਚਲੋ ਜੀ ਮਾਸ਼ਾਅੱਲਾ ਅੱਲਾਹ ਤਾਲਾ ਨਸੀਬ ਮੇਂ ਕਰੇ ਇਹਨਾਂ ਕੋ ਬਚਾਏ ਰੱਖੇ ਤੋ ਪਿਓਰ ਨਸਲੇ ਜਾਓ ਆਜ ਬਹੁਤ ਹੀ ਕਮ ਲੋਕਾਂ ਕੇ ਪਾਸ ਹੈ ਸਰਦਾਰ ਸਦੀਕ ਡੋਗਰ ਔਰ ਮੀਆਂ ਮਨਸ਼ਾ ਕਬੂਤਰ ਕੇ ਠੀਕ ਹੈ ਜੀ ਆਪ ਕੋ ਔਰ ਜੋੜੇ ਕਾ ਵੀ ਸ਼ੌਕ ਕਰਾਏਂਗੇ ਅਭੀ ਇਹ ਦੋ ਜੋੜੇ ਕਾ ਮੈਂ ਆਪਕੋ ਸ਼ੌਕ ਕਰਾ ਰਹੇ ਹਾਂ ਲਾਲ ਸਿੱਟੇ ਸੀ ਤੇਰੇ ਵੇਖਣ ਚ ਫਰਕ